ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਦਲੀਪ ਨਗਰ ਵਿਖੇ ਖੂਨ ਦਾ ਅੰਮ੍ਰਿਤ ਕੈਂਪ ਲਗਾਇਆ ਗਿਆ। ਜਿਹੜਾ ਦਾਨ ਹੈ ਇਹ ਮਹਾਂਦਾਨ ਹੈ, ਇਹ ਨਾ ਤਾਂ ਕਿਸੇ ਪੈਸਿਆਂ ਨਾਲ ਮਿਲਦਾ, ਨਾ ਕਿਸੇ ਹੋਰ ਕਿਸੇ ਕੋਈ ਇਹੋ ਜਿਹੀ ਥਾਂ ਜਿੱਥੋਂ ਇਹ ਮਿਲਦਾ। ਤਾਂ ਜੋ ਕਿਸੇ ਬਿਨਾਂ ਬੇਵਜ੍ਹਾ ਕਿਸੇ ਦੀ ਜਿਹੜੀ ਆ ਕੋਈ ਮੌਤ ਨਾ ਹੋ ਸਕੇ, ਕੋਈ ਬਿਮਾਰੀ ਦੇ ਕਾਰਨ ਇਸ ਦੁਨੀਆ ਨੂੰ ਅਲਵਿਦਾ ਨਾ ਕਰੇ। ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਦਲੀਪ ਨਗਰ ਵਿਖੇ ਖੂਨ ਦਾ ਅੰਮ੍ਰਿਤ ਕੈਂਪ ਲਗਾਇਆ ਗਿਆ, ਜਿਹਦੇ ਵਿੱਚ ਵਿਸ਼ੇਸ਼ ਤੌਰ 'ਤੇ ਬਾਈ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਨੇ ਸ਼ਿਰਕਤ ਕੀਤੀ, ਬਾਈ ਧਾਲੀਵਾਲ ਜੀ, ਜਰਨੈਲ ਮਾਜਰੀ ਜੀ ਨੇ, ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਅੱਜ ਆ ਕੇ ਇੱਥੇ ਜਿਹੜੇ ਸਾਡੇ ਯੂਥ ਜਿਹੜੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਅਤੇ ਜਿਹੜੇ ਮਤਲਬ ਇਹ ਸਮਝਦੇ ਨੇ ਕਿ ਜਿਹੜੀਆਂ ਸਾਡੀਆਂ ਰੋਜ਼ਮਰ੍ਹਾ ਦੇ ਵਿੱਚ ਜਿਹੜੇ ਹਾਦਸੇ ਵਾਪਰ ਰਹੇ ਨੇ, ਘਟਨਾਵਾਂ ਹੋ ਰਹੀਆਂ ਨੇ, ਜਾਂ ਜਿਹੜੀਆਂ ਪਤਾ ਨਹੀਂ ਜਿਹੜਾ ਬਿਮਾਰੀਆਂ ਦਾ ਨਾਮ ਹੀ ਨਹੀਂ ਪਤਾ, ਇਹੋ ਜਿਹੀਆਂ ਬਿਮਾਰੀਆਂ ਲੋਕਾਂ ਨੂੰ ਜਿਹੜੀਆਂ ਉਹਨਾਂ ਤੋਂ ਜਿਹੜੇ ਪੀੜਤ ਨੇ ਉਹਨਾਂ ਦੇ ਲਈ ਸਾਨੂੰ ਆਮ ਤੌਰ 'ਤੇ ਪਤਾ ਕਿ ਖੂਨ ਦੀ ਲੋੜ ਪੈਂਦੀ ਹੈ। ਇੱਕ ਖੂਨ ਦਾ ਜਿਹੜਾ ਦਾਨ ਹੈ ਇਹ ਮਹਾਂਦਾਨ ਹੈ, ਇਹ ਨਾ ਤਾਂ ਕਿਸੇ ਪੈਸਿਆਂ ਨਾਲ ਮਿਲਦਾ, ਨਾ ਕਿਸੇ ਹੋਰ ਕਿਸੇ ਕੋਈ ਇਹੋ ਜਿਹੀ ਥਾਂ ਜਿੱਥੋਂ ਇਹ ਮਿਲਦਾ। ਅਤੇ ਮੈਂ ਸਮਝਦਾ ਵੀ ਜਿਹੜਾ ਖੂਨ ਦਾ ਦਾਨ ਹੈ ਇਹ ਸਾਨੂੰ ਕਰਨਾ ਚਾਹੀਦਾ, ਇਹਦੇ ਨਾਲ ਬਹੁਤ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਕਿ ਖੂਨ ਦੀ ਘਾਟ ਕਾਰਨ ਇਸ ਆਪਣੀ ਜ਼ਿੰਦਗੀ ਨੂੰ ਅਲਵਿਦਾ ਆਖ ਜਾਂਦੇ ਨੇ। ਅਤੇ ਮੈਂ ਜਿਹੜਾ ਯੂਥ ਆ ਇਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਸਾਨੂੰ ਇਹੋ ਜਿਹੇ ਜਿਹੜੇ ਉਪਰਾਲੇ ਕਰਨੇ ਚਾਹੀਦੇ ਨੇ, ਤਾਂ ਜੋ ਕਿਸੇ ਬਿਨਾਂ ਬੇਵਜ੍ਹਾ ਕਿਸੇ ਦੀ ਜਿਹੜੀ ਆ ਕੋਈ ਮੌਤ ਨਾ ਹੋ ਸਕੇ, ਕੋਈ ਬਿਮਾਰੀ ਦੇ ਕਾਰਨ ਇਸ ਦੁਨੀਆ ਨੂੰ ਅਲਵਿਦਾ ਨਾ ਆਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।